ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਿਛਲੀ ਵੀਡੀਓ ਦੇ ਵਿੱਚ ਆਪਾਂ ਗੁਰਦੁਆਰਾ ਸ਼੍ਰੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਨਾਮ ਉੱਤੇ ਬਣੇ ਸਥਾਨ ਦੇ ਦਰਸ਼ਨ ਕੀਤੇ ਸੀ ਜੀ। ਆਓ ਚੱਲਦੇ ਹਾਂ ਇਸ ਵੀਡੀਓ ਦੇ ਵਿੱਚ, ਆਪਾਂ ਮਾਤਾ ਭਾਗ ਕੌਰ ਜੀ ਦੇ ਸਥਾਨ ਅਤੇ ਗੁਰਦੁਆਰਾ ਸ਼੍ਰੀ ਨਾਨਕ ਚੀਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਜੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਉ, ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ। ਆਓ ਚੱਲਦੇ ਹਾਂ ਜੀ, ਹੁਣ ਆਪਾਂ ਦਰਸ਼ਨ ਕਰਦੇ ਹਾਂ, ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ ਜੀ। ਆਪਾਂ ਚੱਲੇ ਸੀ, ਤੁਸੀਂ ਵੀਡੀਓ ਦੇ ਵਿੱਚ ਪਿੱਛੇ ਦੇਖਿਆ ਆ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਨਾਮ 'ਤੇ ਜਿਹੜਾ ਸਥਾਨ ਬਣਿਆ ਹੋਇਆ ਆ, ਆਪਾਂ ਉੱਥੋਂ ਚੱਲੇ ਸੀ। ਉੱਥੇ ਤੱਕ ਡਬਲ ਰੋਡ ਬਣਿਆ ਹੋਇਆ ਆ, ਉਹ ਤੋਂ ਬਾਅਦ ਇਹ ਤਕਰੀਬਨ 40-45 ਕਿਲੋਮੀਟਰ ਰੋਡ ਸਿੰਗਲ ਰੋਡ ਆ ਜੀ। ਇਹ ਜਾਣੀ ਸਾਰਾ ਟੁੱਟਿਆ ਹੋਇਆ ਆ, ਜਾਣੀ ਬਹੁਤ ਹਾਲਤ ਮਾੜੀ ਇਸ ਰੋਡ ਦੀ, ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖਿਓ। ਜਾਣੀ ਇਹ ਤਕਰੀਬਨ 170-180 ਕਿਲੋਮੀਟਰ ਦਾ ਸਫ਼ਰ ਆ ਸਾਰਾ, ਨੰਦੇੜ ਤੋਂ ਨਾਨਕ ਝੀਰਾ ਸਾਹਿਬ ਤੱਕ ਇਹਨੂੰ 5 ਤੋਂ 6 ਘੰਟੇ ਦਾ ਸਮਾਂ ਲੱਗਦਾ ਆ ਜੀ। ਨਾਨਕ ਝੀਰਾ ਸਾਹਿਬ ਵੱਲੋਂ ਜਾਂਦੇ ਹੋਏ ਰਸਤੇ ਵਿੱਚ ਮਾਤਾ ਭਾਗ ਕੌਰ ਜੀ ਦਾ ਸਥਾਨ ਆਉਂਦਾ ਆ। ਮਾਤਾ ਭਾਗ ਕੌਰ ਜੀ ਨੇ ਜਨਵਾੜੇ ਦੀ ਧਰਤੀ ਦੇ ਉੱਤੇ ਬਿਦਰ ਦੇ ਵਿੱਚ ਬਹੁਤ ਜ਼ਿਆਦਾ ਸਿੱਖ ਧਰਮ ਦਾ ਪ੍ਰਚਾਰ ਕੀਤਾ ਸੀ ਜੀ। ਇਸੇ ਜਗ੍ਹਾ ਮਾਤਾ ਭਾਗ ਕੌਰ ਜੀ ਰੁਸਤਮ ਰਾਓ ਅਤੇ ਬਾਲਾ ਰਾਓ ਦੀ ਗ੍ਰਹਿ ਵਿਖੇ ਗੜੀ ਸੀਗੀ ਉਹਨਾਂ ਦੀ, ਉਹਦੇ ਵਿੱਚ ਜੋਤੀ ਜੋਤ ਸਮਾਏ ਜੀ ਸੀਗੇ ਜੀ। ਜਦੋਂ ਨਾ ਕੁਝ ਸਿੱਖ ਅਨੰਦਪੁਰ ਸਾਹਿਬ 10ਵੇਂ ਪਾਤਸ਼ਾਹ ਨੂੰ ਬਦਾਵਾ ਲਿਖ ਕੇ ਦਿਆਏ ਸੀਗੇ ਵੀ ਨਾ ਤੂੰ ਸਾਡਾ ਗੁਰੂ ਅਤੇ ਨਾ ਅਸੀਂ ਤੇਰੇ ਸਿੱਖ, ਤਾਂ ਮਾਤਾ ਭਾਗ ਕੌਰ ਜੀ ਨੇ ਇਹਨਾਂ ਨੂੰ ਕਿਹਾ ਸੀ ਵੀ ਚੂੜੀਆਂ ਪਾ ਲਓ, ਆਪਣੇ ਘਰਾਂ ਵਿੱਚ ਬਹਿ ਜਾਓ। ਫਿਰ ਇਹ ਸਾਰੇ ਸਿੱਖ ਮੁਕਤਸਰ ਖਦਰਾਣੇ ਦੀ ਢਾਬ 'ਤੇ ਲੜੇ ਸੀ, ਜਿਸ ਕਾਰਨ 10ਵੇਂ ਪਾਤਸ਼ਾਹ ਨੇ ਜੀ ਉਹ ਬਦਾਵਾ ਜਿਹੜਾ ਲਿਖਿਆ ਸੀ ਉਹ ਪਾੜਿਆ ਸੀ ਜੀ। ਜਿਹੜੀ ਟੁੱਟੀ ਗੰਢੀ ਸੀ ਉਹਦਾ ਮੁੱਖ ਕਾਰਨ ਵੀ ਮਾਤਾ ਭਾਗ ਕੌਰ ਜੀ ਬਣੇ ਸੀਗੇ ਜੀ। ਲੂੰਗੀਆਂ ਜਿਹੀਆਂ ਲਾਈ ਫਿਰਦੇ ਨੇ, ਧੋਤੀਆਂ ਜਿਹੀਆਂ ਦੇਖੋ ਤੁਸੀਂ, ਲਾਈਆਂ ਨੇ ਧੋਤੀਆਂ ਜਿਹੀਆਂ ਲੂੰਗੀਆਂ ਜਿਹੀਆਂ ਇਹਨਾਂ ਨੇ, ਚਿੱਟੇ ਰੰਗ ਦੀਆਂ। ਜਿਹੜੇ ਬਜ਼ੁਰਗ ਨੇ ਜਾਂ ਬਹੁਤ ਜ਼ਿਆਦਾ ਇਹ ਲੂੰਗੀ ਜੀ ਧੋਤੀ ਜੀ ਲਾਉਂਦੇ ਨੇ, ਖੜਾ ਦੇਖੋ ਬਜ਼ੁਰਗ ਲਾਈ ਹੋਈ ਉਹਨੇ ਵੀ। ਮਹਾਰਾਸ਼ਟਰ ਹੋ ਗਿਆ ਖਤਮ ਜੀ ਅਤੇ ਕਰਨਾਟਕਾ ਹੋ ਗਿਆ ਸ਼ੁਰੂ, ਤੁਸੀਂ ਸਾਹਮਣੇ ਬੋਰਡ ਦੇ ਉੱਤੇ ਪੜ੍ਹ ਵੀ ਸਕਦੇ ਹੋ। ਜਿਹੜਾ ਪਿੱਛੇ ਆਪਾਂ 40 ਕਿਲੋਮੀਟਰ ਰੋਡ ਚੱਲ ਕੇ ਆਏ ਹਾਂ, ਇਹ ਰੋਡ ਬਹੁਤ ਜ਼ਿਆਦਾ ਖਰਾਬ ਸੀ ਅਤੇ ਹੁਣ ਇਹ ਕਰਨਾਟਕ ਵਾਲਾ ਰੋਡ ਨਾਨਕ ਝੀਰਾ ਸਾਹਿਬ ਤੱਕ ਟਾਪੋ ਟਾਪ ਆ, ਬਹੁਤ ਵਧੀਆ ਰੋਡ ਬਣਿਆ ਹੋਇਆ ਆ। ਇਸ ਜਗ੍ਹਾ ਤੋਂ ਤਕਰੀਬਨ ਜੀ 50 ਕਿਲੋਮੀਟਰ ਰਹਿ ਗਿਆ ਨਾਨਕ ਝੀਰਾ ਸਾਹਿਬ, ਜਿਸ ਜਗ੍ਹਾ ਸਾਡੇ ਪਾਤਸ਼ਾਹ ਨੇ ਪਾਣੀ ਦਾ ਸੋਮਾ ਪ੍ਰਗਟ ਕੀਤਾ ਸੀ ਜੀ। ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਸੀ ਜੋ ਪਾਣੀ ਨਾਲ ਸੰਬੰਧਿਤ ਜਾਂ ਹੋਰ ਸਮੱਸਿਆਵਾਂ ਸੀ, ਸਾਡੇ ਪਾਤਸ਼ਾਹ ਨੇ ਦੂਰ ਕੀਤੀਆਂ ਸੀ ਜੀ। ਚੱਲਦੇ ਹਾਂ ਆਪਾਂ ਦਰਸ਼ਨ ਕਰਦੇ ਹਾਂ ਉਸ ਸਥਾਨ ਦੇ ਜੀ। ਇਹ ਆਪਾਂ ਦਾਖਲ ਹੋ ਗਏ ਜੀ ਕਰਨਾਟਕਾ ਦੇ ਵਿੱਚ ਜੀ। ਇਹ ਆ ਕਰਨਾਟਕਾ, ਪਹਿਲਾ ਸ਼ਹਿਰ ਆਊਗਾ ਅੱਗੇ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਤਕਰੀਬਨ 7 ਕਿਲੋਮੀਟਰ ਦੇ।
ਇਹ ਆ ਗਿਆ ਜੀ ਕਰਨਾਟਕਾ ਦਾ ਪਹਿਲਾ ਸ਼ਹਿਰ ਜੀ, ਦੇਖ ਸਕਦੇ ਹੋ ਤੁਸੀਂ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਵੀਡੀਓ ਚੰਗੀ ਲੱਗਦੀ ਆ ਤਾਂ ਸ਼ੇਅਰ ਕਰਿਆ ਕਰੋ, ਲਾਈਕ ਕਮੈਂਟ ਵੀ ਕਰਿਆ ਕਰੋ ਜੀ। ਇਹ ਆ ਪਹਿਲਾ ਸ਼ਹਿਰ ਕਰਨਾਟਕਾ ਦੇ ਵਿੱਚ ਜੀ, ਇੱਥੇ ਬਾਈ ਨੇ ਗੱਡੀ ਰੋਕਦੀ ਕਹਿੰਦਾ ਵੀ ਉਰੇ ਚਾਹ ਪਾਣੀ ਪੀ ਲਓ ਪੀਣਾ ਆ। ਆਹ ਲਾਦੀ ਗੱਡੀ ਸਾਈਡ 'ਤੇ, ਆਹ ਢਾਬਾ ਆ ਤਾਂ ਇੱਥੇ ਚਾਹ ਪਾਣੀ ਪੀ ਲਓ। ਇਹ ਆ ਜੀ ਕਰਨਾਟਕਾ ਦਾ ਢਾਬਾ, ਇੱਥੇ ਬਸ ਰੁਕੀ ਆ ਨਾਨਕ ਝੀਰਾ ਸਾਹਿਬ ਨੂੰ ਜਾਂਦੇ ਹੋਏ ਜੀ। ਤੁਹਾਨੂੰ ਦਿਖਾਉਂਦੇ ਆ ਕਰਨਾਟਕਾ ਦਾ ਢਾਬਾ, ਇਹ ਆ ਜੀ। ਆਹ ਵੀਰ ਓਨਰ ਆ ਇਸ ਢਾਬੇ ਦਾ ਜੀ, ਲੇਡੀਜ਼ ਨੇ ਜੀ ਇਸ ਢਾਬੇ 'ਤੇ। ਉਹ ਫੜੀ ਆਪਣੀ ਬੱਸ, ਆ ਬੱਸ 'ਚੋਂ ਆਪਣੇ ਮੁਸਾਫਰ ਉਤਰਿਆ ਹੈ। ਚਾਹ ਪਾਣੀ ਪੀਣ ਲਈ 10 ਮਿੰਟ ਲਈ ਗੱਡੀ ਰੋਕੀ ਇਸ ਜਗ੍ਹਾ ਦੇ ਉੱਤੇ ਜੀ। ਤੁਸੀਂ ਦੇਖੋ ਰੋਡ ਕਿੰਨਾ ਸੋਹਣਾ ਆ, ਸਾਹਮਣੇ ਸ਼ਹਿਰ ਦੇਖੋ ਕਿੰਨਾ ਸੋਹਣਾ ਲੱਗਦਾ ਆ, ਆਲੇ ਦੁਆਲੇ ਨੇਚਰ ਦੇਖੋ ਕੁਦਰਤ, ਜਿਹੜੀ ਗੱਡੀ ਚਲਾਉਣ ਦਾ ਇੱਕ ਵੱਖਰਾ ਹੀ ਆਨੰਦ ਆ ਇਸ ਰੋਡ ਦੇ ਉੱਤੇ। ਦੇਖੋ ਤੁਸੀਂ ਕਿੰਨਾ ਸੋਹਣਾ ਲੱਗ ਰਿਹਾ ਰੋਡ। ਇਹ ਆ ਗਿਆ ਜੀ ਕਰਨਾਟਕਾ ਦਾ ਦੂਜਾ ਸ਼ਹਿਰ ਜੀ, ਬਣ ਰਿਹਾ ਪੁਲ ਜੀ ਨਵਾਂ ਇੱਕ ਸਾਈਡ 'ਤੇ, ਇਹ ਪੁਰਾਣਾ ਪੁਲ ਆ ਅਤੇ ਇਹ ਬਣ ਰਿਹਾ ਨਵਾਂ ਪੁਲ ਜੀ। ਉਰੋਂ ਤਕਰੀਬਨ ਜੀ ਨਾਨਕ ਝੀਰਾ ਸਾਹਿਬ ਦੀ ਦੂਰੀ ਤਕਰੀ 16 ਕੁ ਕਿਲੋਮੀਟਰ ਆ, ਥੋੜ੍ਹੀ ਦੇਰ 'ਚ ਪਹੁੰਚ ਜਾਣਾ ਆਪਾਂ ਨਾਨਕ ਝੀਰਾ ਸਾਹਿਬ ਵੀ। ਬਣੇ ਰਹੋ ਪੂਰੀ ਵੀਡੀਓ ਦੇ ਐਂਡ ਤੱਕ ਜੀ, ਗੁਰਦੁਆਰਾ ਨਾਨਕ ਝੀਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ। ਇਸ ਪੰਪ ਉੱਤੇ ਗੱਡੀ ਲਾਈ ਆ ਜੀ ਤੇਲ ਪਾਉਣ ਲਈ, ਤੇਲ ਪਵਾ ਲਿਆ ਗੱਡੀ ਦੇ ਵਿੱਚ ਡੀਜ਼ਲ, ਆਪਾਂ ਹੁਣ ਚੱਲਦੇ ਹਾਂ ਭਾਗੇ ਨੂੰ ਜੀ। ਇਹ ਆ ਕਰਨਾਟਕਾ ਦਾ ਪੈਟਰੋਲ ਪੰਪ ਜੀ, ਇੰਡੀਅਨ ਆਇਲ ਵਾਲਿਆਂ ਦਾ ਬਣਿਆ ਹੋਇਆ। ਤੇਲ ਪਾ ਲਿਆ ਆਪਾਂ ਗੱਡੀ 'ਚ, ਹੁਣ ਇੱਥੇ ਨਾ ਤੇਲ ਸਸਤਾ ਆ ਮਹਾਰਾਸ਼ਟਰ ਦੇ ਵਿੱਚ, ਜਿਹੜਾ ਪੈਟਰੋਲ 108 ਰੁਪਏ ਆ, ਇਸ ਜਗ੍ਹਾ 102 ਰੁਪਏ ਆ, ਡੀਜ਼ਲ ਦਾ ਰੇਟ ਵੀ ਘੱਟ ਇਸ ਜਗ੍ਹਾ 'ਤੇ। ਇਸ ਲਈ ਜਿਹੜੀਆਂ ਗੱਡੀਆਂ ਮਹਾਰਾਸ਼ਟਰ ਤੋਂ ਚੱਲਦੀਆਂ ਨੇ ਨਾਨਕ ਝੀਰਾ ਸਾਹਿਬ ਨੂੰ ਕਰਨਾਟਕਾ ਸਾਈਡ ਨੂੰ, ਉਹ ਕਰਨਾਟਕਾ ਦੇ ਵਿੱਚੋਂ ਹੀ ਤੇਲ ਪਾਉਂਦੇ ਨੇ। ਇਹ ਆਪਾਂ ਹੁਣ ਸਟੇਅ ਕਰਾਂਗੇ ਦੂਸਰੀ ਜਗ੍ਹਾ ਦੇ ਉੱਤੇ ਜੀ। ਇਹ ਗੁਰਦੁਆਰਾ ਮਾਤਾ ਭਾਗ ਕੌਰ ਜੀ ਦੇ ਨਾਮ ਦੇ ਉੱਤੇ ਬਣਿਆ ਹੋਇਆ ਜੀ, ਜਨਵਾੜਾ ਜ਼ਿਲ੍ਹਾ ਬਿਦਰ। ਇਹ ਕਰ ਗਏ ਐਂਟਰ ਜੀ ਆਪਾਂ, ਬਣੇ ਰਹੋ ਪੂਰੀ ਵੀਡੀਓ ਦੇ ਐਂਡ ਤੱਕ। ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਸ਼ੇਅਰ ਕਰਿਓ, ਜੇਕਰ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ ਅਤੇ ਕਮੈਂਟ ਕਰਨਾ ਵੀ ਨਾ ਭੁੱਲਿਓ ਜੀ। ਇਹ ਆ ਗਿਆ ਜੀ ਅਸਥਾਨ ਸਾਹਮਣੇ, ਗੁਰਦੁਆਰਾ ਮਾਤਾ ਭਾਗ ਕੌਰ ਜੀ ਦੇ ਨਾਮ ਉੱਤੇ ਬਣਿਆ ਹੋਇਆ ਅਸਥਾਨ ਜੀ, ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ। ਇਸ ਗੁਰਦੁਆਰਾ ਸਾਹਿਬ ਦੇ ਨਾ ਜਦੋਂ ਆਪਾਂ ਫਰੰਟ 'ਤੇ ਐਂਟਰੀ ਕਰਦੇ ਹਾਂ
ਤਾਂ ਰਿਹਾਇਸ਼ ਹੋ ਚੁੱਕੀ ਆ, ਰਿਹਾਇਸ਼ ਬਣੀ ਹੋਈ ਆ ਕਰਨਾਟਕਾ ਦੇ ਲੋਕਾਂ ਦੀ, ਲੋਕ ਰਹਿੰਦੇ ਨੇ। ਅਤੇ ਇਹ ਆ ਸਥਾਨ ਜੀ, ਦੇਖੋ ਕਿੰਨਾ ਸੋਹਣਾ ਸਥਾਨ ਬਣਿਆ ਹੋਇਆ ਜੀ। ਇਹ ਆ ਸਥਾਨ ਜੀ, ਦੇਖੋ ਕਿੰਨਾ ਸੋਹਣਾ ਸਥਾਨ ਬਣਿਆ ਜੀ। ਝੂਲ ਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ, ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ, ਗੁਰਦੁਆਰਾ ਸਾਹਿਬ ਦੀ ਐਂਟਰੀ 'ਤੇ ਜੀ। ਚੱਲਦੇ ਹਾਂ ਆਪਾਂ ਅੰਦਰ ਨੂੰ ਜੀ, ਦਰਸ਼ਨ ਕਰਦੇ ਹਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਤਪ ਸਥਾਨ ਮਾਤਾ ਭਾਗ ਕੌਰ ਜੀ, ਜੀ ਦਰਸ਼ਨ ਕਰ ਸਕਦੇ ਹੋ ਤੁਸੀਂ ਜੀ। ਇਹ ਆ ਮਾਤਾ ਭਾਗ ਕੌਰ ਜੀ ਦਾ ਤਪ ਸਥਾਨ ਜੀ। ਸਿਮਰ 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 ਸੁਖ ਪਾਵੋ। ਆ ਜਾਓ ਹੁਣ ਆਪਾਂ ਚੱਲਦੇ ਹਾਂ ਜੀ ਉੱਪਰ ਦਰਬਾਰ ਸਾਹਿਬ ਨੂੰ ਜੀ, ਦਰਸ਼ਨ ਕਰਦੇ ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਆਪਾਂ ਦਰਸ਼ਨ ਕਰ ਲਏ ਨੇ ਜੀ ਮਾਤਾ ਭਾਗ ਕੌਰ ਜੀ ਦੇ ਤਪ ਸਥਾਨ ਦੇ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਆ ਜਾਓ ਆਪਾਂ ਉਸ ਇਤਿਹਾਸਕ ਖੂਹ ਨੂੰ, ਬੌਲੀ ਨੂੰ ਦੇਖਦੇ ਹਾਂ ਜੀ, ਜਿਹਦਾ ਪਾਣੀ ਪੀਂਦੇ ਸੀਗੇ ਜੀ, ਇਹਦੇ ਨਾਲ ਹੀ ਇਸ਼ਨਾਨ ਕਰਦੇ ਸੀਗੇ ਜੀ। ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਜੀ, ਤੁਸੀਂ ਵੀਡੀਓ ਨੂੰ ਰੋਕ ਕੇ ਪੜ੍ਹ ਸਕਦੇ ਹੋ ਜੀ। ਇਹ ਇਤਿਹਾਸਕ ਖੂਹ ਬੌਲੀ ਜੀ, ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ, ਲਾਈਕ ਕਮੈਂਟ ਕਰਨਾ ਵੀ ਨਾ ਭੁੱਲਿਓ। ਇਸ ਤੋਂ ਬਾਅਦ ਚੱਲਾਂਗੇ ਆਪਾਂ ਜੀ ਗੁਰਦੁਆਰਾ ਨਾਨਕ ਝੀਰਾ ਸਾਹਿਬ ਵਿਖੇ ਜੀ, ਜਿੱਥੇ ਸਾਡੇ ਪਾਤਸ਼ਾਹ ਨੇ ਪਾਣੀ ਦਾ ਸੋਮਾ ਪ੍ਰਗਟ ਕੀਤਾ ਜੀ, ਹਜ਼ਾਰਾਂ ਲੱਖਾਂ ਲੋਕਾਂ ਨੂੰ ਸਿੱਧੇ ਰਾਹ ਪਾਇਆ ਸਾਡੇ ਪਹਿਲੇ ਪਾਤਸ਼ਾਹ ਜੀ ਨੇ ਜੀ। ਇਹ ਬੱਸਾਂ ਹੋਰ ਵੀ ਆ ਗਈਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜੀ, ਸੰਗਤ ਉਤਰ ਰਹੀ ਆ, ਦੇਖੋ ਕਿੰਨੀਆਂ ਗੱਡੀਆਂ ਆ ਗਈਆਂ, ਪੂਰੀ ਰੌਣਕ ਲੱਗੀ ਹੋਈ ਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੀ। ਸਾਹਮਣੇ ਬਣੇ ਨੇ ਬਾਥਰੂਮ, ਇਹ ਸਾਹਮਣੇ ਆ ਚਾਹ ਦਾ ਲੰਗਰ ਜੀ, ਜਿਸ ਨੇ ਚਾਹ ਛਕਣੀ ਉਹ ਛਕ ਸਕਦਾ ਜੀ।
ਆ ਜਾਓ, ਤੁਹਾਨੂੰ ਨਾ ਇੱਕ ਆਪਾਂ ਨਵੀਂ ਚੀਜ਼ ਦਿਖਾਉਂਦੇ ਹਾਂ। ਅਸੀਂ ਵੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਹ ਚੀਜ਼ ਦੇਖੀ ਆ। ਅਸੀਂ ਨਾ ਉਹਦੇ ਲੋਕਲ ਲੋਕਾਂ ਨਾਲ ਵੀ ਗੱਲ ਕੀਤੀ ਆ, ਜਿਹੜੇ ਆਹ ਉਰੇ ਕਿਸੇ ਦੀ ਡੈਥ ਹੋ ਜਾਂਦੀ ਆ, ਮੌਤ ਹੋ ਜਾਂਦੀ ਆ, ਤਾਂ ਕਰਨਾਟਕਾ ਦੇ ਵਿੱਚ ਜੀ ਤੁਸੀਂ ਆਹ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ, ਇਹ ਢੋਲ ਵਜਾਉਂਦੇ ਹੋਏ ਬੰਦੇ ਜਿਹੜੇ ਰਿਸ਼ਤੇਦਾਰ ਨੇ ਜੀ, ਜਿਹਦੇ ਘਰ ਡੈਥ ਹੋਈ ਹੁੰਦੀ ਆ, ਉਹਦੇ ਘਰ ਢੋਲ ਵਜਾਉਂਦੇ ਹੋਏ ਜਾਂਦੇ ਨੇ ਜੀ। ਬੇਸ਼ੱਕ ਬੰਦਾ ਵਡੇਰੀ ਉਮਰ ਦਾ ਹੋਵੇ ਚਾਹੇ ਬੱਚਾ ਹੋਵੇ, ਜਾਣੀ ਇਹ ਇਹਨਾਂ ਦੇ ਰਿਵਾਜ਼ ਆ, ਜਾਣੀ ਢੋਲ ਵਜਾ ਕੇ ਹੀ ਜਾਣਾ ਇਹਨਾਂ ਲੋਕਾਂ ਨੇ, ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਜੀ। ਆਪਾਂ ਇਸ ਸਭ ਨੇ ਮਿਲ ਕੇ ਇਸ ਥਾਂ ਦੇ ਦਰਸ਼ਨ ਕਰ ਲਏ ਹਨ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸ਼੍ਰੀ ਨਾਨਕ ਸ਼ੀਰਤ ਸਾਹਿਬ, ਅਤੇ ਰਸਤੇ ਦੇ ਵਿੱਚ ਭਾਈ ਸਾਹਿਬ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਵੀ ਆਉਂਦਾ, ਆਪਾਂ ਉਹਦੇ ਦਰਸ਼ਨ ਕਰਾਂਗੇ ਜੀ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਕਰਨਾ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ। ਤੀਸਰੀ ਸਟੇ ਕਰਾਂਗੇ ਜੀ ਆਪਾਂ ਇਸ ਅਸਥਾਨ ਦੇ ਉੱਤੇ ਜੀ, ਭਾਈ ਸਾਹਿਬ ਸਿੰਘ ਜੀ ਦੇ ਨਾਮ 'ਤੇ, ਜਿਹੜੇ ਪੰਜ ਪਿਆਰੇ ਸੀਗੇ ਜੀ, ਪੰਜ ਪਿਆਰਿਆਂ ਦੇ ਵਿੱਚੋਂ ਪੰਜਵੇਂ ਪਿਆਰੇ, ਉਹਨਾਂ ਦੇ ਨਾਮ 'ਤੇ ਬਣਿਆ ਹੋਇਆ ਅਸਥਾਨ ਆ ਜੀ। ਇਹ ਬਹੁਤ ਸੋਹਣਾ ਅਸਥਾਨ ਬਣਿਆ ਹੋਇਆ ਜੀ।